ਅੱਗੇ ਵਧਦੇ ਹਾਂ। ਪੰਜਾਬ ਵਿੱਚ ਸਿਹਤ ਸਹੂਲਤਾਂ ਲਈ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਵਿੱਤੀ ਮਦਦ ਕਾਫੀ ਅਹਿਮ ਮੰਨੀ ਜਾਂਦੀ ਹੈ, ਪਰ ਜੇਕਰ ਸਰਕਾਰ ਦੇ ਚੁਣੇ ਹੋਏ ਮੰਤਰੀ ਮਹਿਜ਼ ਲੋਕਾਂ ਦੇ ਦਿੱਤੇ ਚੰਦੇ ਤੇ ਸਰਕਾਰੀ ਹਸਪਤਾਲਾਂ ਦਾ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕਰਨ ਤਾਂ ਇਹ ਸਮੁੱਚੇ ਕਾਰਵਿਹਾਰ ਤੇ ਸਵਾਲ ਉੱਠਣੇ ਲਾਜ਼ਮੀ ਨੇ। ਤਾਜ਼ਾ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਮਾਣਾ ਦੇ ਹਸਪਤਾਲ ਵਿੱਚ ਲੋਕਾਂ ਨੂੰ ਹਸਪਤਾਲ ਲਈ ਦਾਨ ਕਰਨ ਦੀ ਗੱਲ ਆਖਦੇ ਅਤੇ ਲੋਕਾਂ ਦੇ ਚੰਦੇ ਨਾਲ ਹਸਪਤਾਲ ਨੂੰ ਮਿਲੀਆਂ ਚੀਜ਼ਾਂ ਦਾ ਉਦਘਾਟਨ ਕਰਕੇ ਖੁਸ਼ ਹੁੰਦੇ ਨਜ਼ਰ ਆਏ, ਪਰ ਮੰਤਰੀ ਵੱਲੋਂ ਕੀਤਾ ਇਹ ਕਾਰਜ ਸੂਬੇ ਦੀ ਮਾੜੀ ਆਰਥਿਕ ਸਥਿਤੀ ਬਾਰੇ ਕੁਝ ਸਪਸ਼ਟਤਾ ਜ਼ਰੂਰ ਦਿੰਦਾ ਹੈ। ਬ੍ਰਹਮ ਮਹਿੰਦਰਾ ਸਿਵਲ ਹਸਪਤਾਲ ਸਮਾਣਾ ਵਿੱਚ ਨਿੱਜੀ ਅਦਾਰੇ ਵੱਲੋਂ ਦਿੱਤੇ ਗਏ 10 ਲੱਖ ਰੁਪਏ ਦੇ ਜਨਰੇਟਰ ਦਾ ਉਦਘਾਟਨ ਕਰਨ ਪਹੁੰਚੇ ਸਨ।